ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਹਮਦਰ ਟੀਵੀ ਮੈਂ ਹਾਂ ਤਰਨਜੀਤ ਕੌਰ ਕੋ ਮਨ ਹਾਜ਼ਰਾਂ ਜੀ ਲੈ ਕੇ ਖਬਰ ਟੋਰਾਂਟੋ ਸਟੂਡੀਓ ਤੋਂ ਕੌਂਸਲ ਜਨਰਲ ਆਫ ਇੰਡੀਆ ਇਨ ਟੋਰਾਂਟੋ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਉਪਰਾਲਾ ਕੀਤਾ ਜਾ ਰਿਹਾ ਹੈ ਤੇ ਕੈਨੇਡਾ ਵਿੱਚ ਵਸਣ ਵਾਲੇ ਜਿਹੜੇ ਵੀ ਭਾਰਤੀ ਪੈਨਸ਼ਨ ਧਾਰਕ ਨੇ ਆਪਣਾ ਲਾਈਫ ਸਰਟੀਫਿਕੇਟ ਬੜਵਾਉਣ ਦੀ ਉਡੀਕ ਵਿੱਚ ਨੇ ਉਹਨਾਂ ਲਈ 4 ਨਵੰਬਰ 2023 ਤੋਂ 26 ਨਵੰਬਰ 2023 ਤੱਕ 온ਟਾਰੀਓ ਦੀਆਂ ਵੱਖ-ਵੱਖ ਲੋਕੇਸ਼ਨਸ ਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਦੇ ਵਿੱਚ ਲਾਈਫ ਸਰਟੀਫਿਕੇਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ ਆਰੇਸਲੀ ਕੁਝ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਨੇ ਇਸ ਲਈ ਸਭ ਤੋਂ ਪਹਿਲਾਂ ਤਾਂ ਬਿਨੇਕਾਰ ਨੂੰ ਖੁਦ ਆਉਣਾ ਪਏਗਾ ਐਪਲੀਕੇਸ਼ਨ ਫਾਰਮ ਪੂਰਾ ਭਰਿਆ ਹੋਵੇ ਤੇ ਉਸ ਦੀ ਕਾਪੀ ਨਾਲ ਨੱਥੀ ਹੋਵੇ ਨਵਾਂ ਫਾਰਮ ਵੈਬਸਾਈਟ ਤੇ ਉਪਲਬਧ ਹੋਵੇਗਾ ਇਸ ਦੇ ਨਾਲ ਹੀ ਤੁਹਾਡੇ ਕੋਲ ਤੁਹਾਡਾ ਅਸਲੀ ਭਾਰਤੀ ਜਾਂ ਕੈਨੇਡੀਅਨ ਪਾਸਪੋਰਟ ਜਾਂ ਓਸੀਆਈ ਕਾਰਡ ਜੋ ਵੀ ਮੰਗਿਆ ਗਿਆ ਹੈ ਉਹ ਕੋਲ ਹੋਵੇ ਪੈਨਸ਼ਨ ਦੇ ਉਦੇਸ਼ ਨਾਲ ਬਣਵਾਏ ਜਾਣ ਵਾਲੇ ਲਾਈਫ ਸਰਟੀਫਿਕੇਟ ਦੀ ਕੋਈ ਫੀਸ ਨਹੀਂ ਹੈ ਤੇ ਅਖੀਰ ਵਿੱਚ ਜ਼ਰੂਰੀ ਸੂਚਨਾ ਕਿ ਜੇਕਰ ਕੋਈ ਬੇਨਕਾਰ ਮੈਡੀਕਲ ਕਾਰਨਾ ਕਰਕੇ ਇਨ ਪਰਸਨ ਨਹੀਂ ਆ ਸਕਦਾ ਤਾਂ ਉਸ ਨਾਲ ਵੈਰੀਫਿਕੇਸ਼ਨ ਉਦੇਸ਼ ਦੇ ਤਹਿਤ ਵੀਡੀਓ ਕਾਲ ਰਾਹੀਂ ਗੱਲ ਕੀਤੀ ਜਾ ਸਕਦੀ ਹੈ ਜਿੰਨਾ ਥਾਵਾਂ ਤੇ ਕੈਂਪ ਲੱਗੜੇ ਨੇ ਉਹ ਇਸ ਪ੍ਰਕਾਰ ਨੇ ਸਾਊਥ ਸਿਕ ਸੈਂਟਰ ਵਿਨੀਪੈਗ ਵਿਖੇ ਸ਼ਨੀਵਾਰ 4 ਨਵੰਬਰ ਨੂੰ ਸਵੇਰੇ 10 ਵਜੇ ਤੋਂ ਲੈ ਕੇ 2:30 ਵਜੇ ਤੱਕ Hindu Temple ਅਤੇ ਡਾਕਟਰ ਰਾਜ ਪਾਂਡੇ Hindu Center ਵਿਖੇ ਵਿਨੀਪੈਗ ਵਿਖੇ ਐਤਵਾਰ 5 ਨਵੰਬਰ ਨੂੰ ਸਵੇਰੇ 10 ਵਜੇ ਤੋਂ ਲੈ ਕੇ 2:30 ਵਜੇ ਤੱਕ ਹਿੰਦੂ ਹੈਰੀਟੇਜ ਸੈਂਟਰ ਮਿਸਿਸਾਗਾ ਰੋਡ ਓਨਟਾਰੀਓ ਵਿਖੇ ਸ਼ਨੀਵਾਰ 4 ਨਵੰਬਰ 2023 ਨੂੰ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ ਦੇ 2:30 ਵਜੇ ਤੱਕ ਹਿੰਦੂ ਸਵਾ ਟੈਂਪਲ ਗੋ ਰੋਡ ਬ੍ਰਾਮਟਨ ਵਿਖੇ ਐਤਵਾਰ 5 ਨਵੰਬਰ 2023 ਨੂੰ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ ਦੇ 2:30 ਵਜੇ ਤੱਕ ਟੈਰੀ ਮਿਲਰ ਰਿਕ੍ਰੀਏਸ਼ਨ ਸੈਂਟਰ ਬ੍ਰਾਮਟਨ ਵਿਖੇ ਸ਼ਨੀਵਾਰ 11 ਨਵੰਬਰ ਸਵੇਰੇ 10 ਵਜੇ ਤੋਂ ਲੈ ਕੇ 2:30 ਵਜੇ ਤੱਕ ਕਿਵਾਨੀ ਸੈਂਟਰ ਲੰਡਨ 온ਟਾਰੀਓ ਵਿਖੇ ਐਤਵਾਰ 12 ਨਵੰਬਰ 2023 ਨੂੰ ਸਵੇਰੇ 10:30 ਵਜੇ ਤੋਂ ਦੁਪਹਿਰ ਦੇ 1 ਵਜੇ ਤੱਕ ਸਿੱਖ ਹੈਰੀਟੇਜ ਸੈਂਟਰ ਬ੍ਰਾਂਟਨ ਵਿਖੇ ਸ਼ਨੀਵਾਰ 18 ਨਵੰਬਰ 2023 ਨੂੰ ਸਵੇਰੇ 10 ਵਜੇ ਤੋਂ ਲੈ ਕੇ 2:30 ਵਜੇ ਤੱਕ ਹਿੰਦੂ ਹੈਰੀਟੇਜ ਸੈਂਟਰ ਮਿਸਿਸਾਗਾ ਰੋਡ ਵਿਖੇ ਐਤਵਾਰ 19 ਨਵੰਬਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ ਦੇ 2:30 ਵਜੇ ਤੱਕ ਤ੍ਰਿਵੇਣੀ ਮੰਦਿਰ ਬ੍ਰਾਮਟਨ ਵਿਖੇ ਐਤਵਾਰ 19 ਨਵੰਬਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ ਦੇ 2:30 ਵਜੇ ਤੱਕ ਲక్ష్ਮੀ ਨਾਰਾਇਣ ਮੰਦਿਰ ਸਕਾਰਬਰੋ ਵਿਖੇ ਸ਼ਨੀਵਾਰ 25 ਨਵੰਬਰ ਨੂੰ ਸਵੇਰੇ 10 ਵਜੇ ਤੋਂ ਲੈ ਕੇ 2:30 ਵਜੇ ਤੱਕ ਕਾਲਿਬਾਰੀ ਮੰਦਿਰ ਰੋਡ ਮਿਸਿਸਾਗਾ ਵਿਖੇ ਸ਼ਨੀਵਾਰ 25 ਨਵੰਬਰ ਨੂੰ ਸਵੇਰੇ 10 ਵਜੇ ਤੋਂ ਲੈ ਕੇ 2:30 ਵਜੇ ਤੱਕ ਗੋਲਡਨ ਟ੍ਰਾਇੰਗਲ ਸਿੱਖ ਐਸੋਸੀਏਸ਼ਨ ਪੀਟਰਸਬਰਗ ਵਿਖੇ ਐਤਵਾਰ 26 ਨਵੰਬਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ ਦੇ 1 ਵਜੇ ਤੱਕ ਗੁਰਦੁਆਰਾ ਸਿੰਘ ਸਭਾ ਕੈਂਬਰਿਜ ਵਿਖੇ ਐਤਵਾਰ ਨੂੰ 26 ਨਵੰਬਰ ਨੂੰ ਦੁਪਹਿਰ ਦੇ 2:30 ਵਜੇ ਤੋਂ ਲੈ ਕੇ 4 ਵਜੇ ਤੱਕ ਤੇ ਵਿਸ਼ਨੂ ਦੇਵੀ ਟੈਂਪਲ ਓਕਵਿਲ ਵਿਖੇ ਐਤਵਾਰ 26 ਨਵੰਬਰ ਨੂੰ ਸਵੇਰੇ 10 ਵਜੇ ਤੋਂ ਲੈ ਕੇ 2:30 ਵਜੇ ਤੱਕ ਇੱਕ ਕੈਂਪ ਲਗਾਏ ਜਾ ਰਹੇ ਨੇ ਬਿਊਰੋ ਰਿਪੋਰਟ ਹਮਦਰਦ ਨਿਊਜ਼